2026 ਚ ਪੰਜਾਬ ਦੇ ਕੀ ਹਾਲਾਤ ਹੋਣਗੇ ਜਾਣਾਂਗੇ ਇਸ ਵੀਡੀਓ ਚ ਹਾਂਜੀ ਸਾਸਰੀ ਗਾਲ ਜੀ ਸਾਰਿਆਂ ਨੂੰ ਆਪਣੇ ਪੰਜਾਬ ਰਾਜ ਨੂੰ ਪੰਜ ਨਦੀਆਂ ਦੇ ਸੰਗਮ ਵਜੋਂ ਜਾਣਿਆ ਜਾਂਦਾ ਤੇ ਸਿੰਧੂ ਘਾਟੀ ਸਭਿਅਤਾ ਤੋਂ ਲੈ ਕੇ ਸ਼ਿਵ ਸਮਰਾਜਿਆ ਤੱਕ ਪੰਜਾਬ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਬਾਗਾ ਬਾਰਡਰ ਦੀ ਪ੍ਰੇਡ ਮਸ਼ਹੂਰ ਆ ਤੇ ਜੇ ਤੁਸੀਂ ਡਿਵੈਲਪਮੈਂਟ ਮਾਮਲੇ ਦੀ ਗੱਲ ਕਰੋਂ ਤਾਂ ਪੰਜਾਬ ਡਿਵੈਲਪਮੈਂਟ ਮਾਮਲੇ 'ਚ ਵੀ ਕਾਫੀ ਅੱਗੇ ਵਧ ਰਿਹਾ ਕਾਫੀ ਨਵੇਂ-ਨਵੇਂ ਪ੍ਰੋਜੈਕਟਸ ਆ ਰਹੇ ਆ ਜਿਹਦੇ ਨਾਲ ਪੰਜਾਬ 'ਚ ਹੋਰ ਵੀ ਜ਼ਿਆਦਾ ਬਿਜ਼ਨਸ ਤਰੱਕੀ ਤੇ ਜੋਬਸ ਵਧਣ ਗਈਆਂ ਤੇ ਅੱਜ ਆਪਾਂ ਗੱਲ ਕਰਾਂਗੇ ਵੀ ਆਉਣ ਵਾਲੇ ਪੰਜਾਬ 'ਚ ਕਿਹ ਈਦਾਂ ਕਿਦਾਂ ਦੇ ਪ੍ਰੋਜੈਕਟਸ ਆਉਣ ਵਾਲੇ ਆ ਨੰਬਰ 10 ਸ਼ਹੀਦ ਕਰਤਾਰ ਸਿੰਘ ਸਰਾਭਾ 에어ਪੋਰਟ ਜਿਹਨੂੰ ਹਲਵਾਰਾ 에어ਪੋਰਟ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਇਹ ਪ੍ਰੋਜੈਕਟ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਨੇ 162 ਏਕੜ ਜ਼ਮੀਨ ਐਕਵਾਇਰ ਕਰਕੇ ਬਣਾਉਣਾ ਵਾ ਇਹ 에어ਪੋਰਟ ਲੋਕਾਂ ਨੂੰ 에ਅਰਬੱਸ A380 ਤੇ ਬੋਇੰਗ 777 ਨਾਲ ਸਰਵਿਸ ਪ੍ਰੋਵਾਈਡ ਕਰੂਗਾ ਤੇ ਇਹ 에어ਪੋਰਟ ਜਦੋਂ ਕੰਪਲੀਟ ਹੋ ਗਿਆ ਤਾਂ ਇਹਦੇ ਜਿਹੜੇ ਆਸ-ਪਾਸ ਦੇ ਇਲਾਕੇ ਆ ਸਾਰੇ ਏਰੀਆ ਨੂੰ ਕਾਫੀ ਫਾਇਦਾ ਹੋਊਗਾ ਕਿਉਂਕਿ ਇਹ ਜਿਹੜਾ 에어ਪੋਰਟ ਆ ਡੋਮੈਸਟਿਕ ਤੇ ਇੰਟਰਨੈਸ਼ਨਲ ਦੋਨੋਂ ਤਰੀਕੇ ਦੀ ਫਲਾਈਟਸ ਨੂੰ ਹੈਂਡਲ ਕਰੂਗਾ ਤੇ ਇਹਦੀ ਜਿਹੜੀ ਕੰਸਟ੍ਰਕਸ਼ਨ ਆ ਉਹ ਪਹਿਲਾਂ ਤਾਂ ਡਿਸਾਈਡ ਹੋਇਆ ਸੀ ਵੀ ਸਤੰਬਰ 2024 ਤੱਕ ਕੰਪਲੀਟ ਹੋ ਜਾਣੀ ਆ ਪਰ ਹੁਣ ਸਰਕਾਰ ਵੱਲੋਂ ਇਹਨੂੰ ਥੋੜਾ ਜਿਹਾ ਐਕਸਟੈਂਡ ਕਰ ਦਿੱਤਾ ਗਿਆ ਵਾ ਤੇ ਸਰਕਾਰ ਦਾ ਕਹਿਣਾ ਵਾ ਕਿ ਇਹਦੀ ਕੰਸਟ੍ਰਕਸ਼ਨ ਆ ਜਿਹੜੀ ਉਹ 90% ਤੱਕ ਕੰਪਲੀਟ ਹੋ ਚੁੱਕੀ ਆ ਤੇ ਬਹੁਤ ਜਲਦ ਇਹਦੇ ਸਟਾਰਟ ਹੋਣ ਦੀ ਵੀ ਉਮੀਦ ਆ ਨੰਬਰ 9 ਤੇ ਆ ਜੀ ਦਿੱਲੀ ਅਮਰਸਰ ਕਟਰਾ ਐਕਸਪ੍ਰੈਸ ਵੀ ਇਹ ਪੰਜਾਬ ਦੇ ਕਾਫੀ ਇੰਪੋਰਟੈਂਟ ਐਕਸਪ੍ਰੈਸਵੇ ਵਿੱਚੋਂ ਇੱਕ ਆ ਕਿਉਂਕਿ ਇਹ ਜਿਹੜਾ ਐਕਸਪ੍ਰੈਸਵੇ ਆ ਦਿੱਲੀ ਨੂੰ ਜੰਮੂ ਕਟਰਾ ਦੇ ਨਾਲ ਜੋੜਦਾ ਵਾ ਪੰਜਾਬ ਤੇ ਹਰਿਆਣਾ ਦੇ ਵਿੱਚੋਂ ਦੀ ਹੁੰਦਾ ਹੋਇਆ ਇਹ ਜਿਹੜਾ ਐਕਸਪ੍ਰੈਸਵੇ ਆ ਇਹ 4 ਲੇਨ ਦਾ ਡਿਸਾਈਡ ਹੋਇਆ ਸੀ 4 ਲੇਨ ਦਾ ਹੀ ਬਣਨਾ ਵਾ ਤੇ ਇਹਨੂੰ ਇਨ ਫਿਊਚਰ 8 ਲੇਨ ਤੱਕ ਐਕਸਪੈਂਡ ਵੀ ਕੀਤਾ ਜਾ ਸਕਦਾ ਇਹਦੇ ਕਾਫੀ ਲਗ ਲਗ ਸੈਕਸ਼ਨ ਹੋਣਗੇ ਤੇ ਉਹਨਾਂ ਚੋਂ ਇੱਕ ਜਿਹੜਾ ਸੈਕਸ਼ਨ ਆ ਉਹ ਨਕੋਦਰ ਨੂੰ ਅਮਰਸਰ ਵਿੱਚ ਜਿਹੜਾ ਸ਼੍ਰੀ ਗੁਰੂ ਰਾਮਦਾਸ ਜੀ 에ਰਪੋਰਟ ਆ ਉਹਦੇ ਨਾਲ ਜੁੜੂਗਾ ਤੇ ਇਹ ਜਿਹੜਾ ਅਮਰਸਰ ਨਕੋਦਰ ਵਾਲਾ ਸੈਕਸ਼ਨ ਆ ਇਹਦੀ ਲੰਬਾਈ 99 ਕਿਲੋਮੀਟਰ ਹੋਊਗੀ ਤੇ ਇਹਦਾ ਨਾਮ ਆ ਜੀ NH5A ਇਦੋਂ ਲਾਵਾ ਇੱਕ ਹੋਰ ਸੈਕਸ਼ਨ ਆ ਜਿਹੜਾ ਨਕੋਦਰ ਨੂੰ ਦਿੱਲੀ ਤੇ ਕਟੜਾ ਦੇ ਨਾਲ ਜੋੜੂਗਾ ਇਹ 397 ਕਿਲੋਮੀਟਰ ਲੰਬਾ ਸਟ੍ਰੈਚ ਆ ਤੇ ਇਹਦਾ ਨਾਮ ਆ ਜੀ NH5 ਏ ਐਕਸਪ੍ਰੈਸ ਵੇ ਜਦੋਂ ਵੀ ਕੰਪਲੀਟ ਹੋ ਗਿਆ ਤਾਂ ਲੋਕਾਂ ਨੂੰ ਇਹਦਾ ਕਾਫੀ ਫਾਇਦਾ ਹੋਊਗਾ ਟਰਾਂਸਪੋਰਟੇਸ਼ਨ 'ਚ ਵੀ ਤੇ ਹੋਰ ਵੀ ਜਿਹੜੀਆਂ ਇਹਦੇ ਆਲੇ-ਦੁਆਲੇ ਹਸਪੀਟਲ, ਟਰੋਮਾ ਸੈਂਟਰ ਬਣਨਗੇ, ਅ ਟਰੱਕ ਸਟਾਪਸ ਬਣਨਗੇ ਤੇ ਹੋਰ ਵੀ ਇਹਦੇ ਆਲੇ-ਦੁਆਲੇ ਦੇ ਏਰੀਏ ਨੂੰ ਵੀ ਕਾਫੀ ਸਹੂਲਤਾ ਮਿਲਣਗੀਆਂ, ਉਹ ਵੀ ਡਿਵੈਲਪ ਹੋਊਗਾ। ਤੇ ਇਹਦੇ ਜਿਹੜੇ ਬਣਨ ਤੋਂ ਬਾਅਦ ਜਿਹੜਾ ਦਿੱਲੀ ਤੋਂ ਕਟੜਾ ਜਾਣ ਦਾ ਟਾਈਮ ਆ ਉਹ ਸਿਰਫ 6 ਘੰਟਿਆਂ ਦਾ ਰਹਿ ਜਾਣਾ ਵਾ ਜਿਹਨੂੰ ਕਿਸੇ ਟਾਈਮ 14 ਘੰਟੇ ਲੱਗਦੇ ਸੀਗੇ ਤੇ ਜਿਹੜਾ ਅਮਰਸਰ ਤੋਂ ਦਿੱਲੀ ਜਾਣ ਦਾ ਟਾਈਮ ਆ ਉਹ ਸਿਰਫ 4 ਘੰਟਿਆਂ ਦਾ ਰਹਿ ਜਾਣਾ। ਨੰਬਰ 8 ਤੇ ਆ ਜੀ ਇੰਟੀਗ੍ਰੇਟਿਡ ਮੈਨੂਫੈਕਚਰਿੰਗ ਕਲਾਸਟਰ ਪਟਿਆਲਾ ਜੋ ਕਿ ਅਮਰitsar ਕਲਕੱਤਾ ਇੰਡਸਟਰੀਅਲ ਕੋਰੀਡੋਰ ਦੇ ਤਹਿਤ ਪੰਜਾਬ ਦੇ ਰਾਜਪੁਰਾ ਪਟਿਆਲਾ ਚ ਇੰਟੀਗ੍ਰੇਟਿਡ ਮੈਨੂਫੈਕਚਰ ਕਲਾਸਟਰ ਆਈਐਮਸੀ ਪ੍ਰਪੋਜ਼ ਕੀਤਾ ਗਿਆ ਵਾ ਤੇ ਆਈਐਮਸੀ ਨੂੰ ਪ੍ਰੇਫਰੈਂਸ ਵੀ ਦਿੱਤੀ ਗਈ ਆ ਤੇ ਇਹਦੇ ਲਈ ਜਿਹੜੀ ਆਪਣੀ ਗਵਰਨਮੈਂਟ ਨੇ 1100 ਏਕੜ ਜ਼ਮੀਨ ਐਕਵਾਇਰ ਕੀਤੀ ਆ ਰਾਜਪੁਰਾ ਸ਼ਹਿਰ ਦੇ ਕੋਲੇ ਜੋ ਕਿ ਐਨਐਚ 44 ਤੋਂ 5.6 ਕਿਲੋਮੀਟਰ ਦੂਰ ਆ ਇਹਦੇ ਪ੍ਰੋਮੋਟਰ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਆ ਤੇ ਨੂੰ ਪੀ3 ਮੋਡ ਜਾਨੀ ਕਿ ਪਬਲਿਕ ਪ੍ਰੋਵੇਟ ਪਾਰਟਨਰਸ਼ਿਪ ਦੇ ਤਹਿਤ ਡਿਵੈਲਪ ਕੀਤਾ ਜਾਊਗਾ ਤੇ ਇਸ ਪ੍ਰੋਜੈਕਟ ਦੇ ਕੰਪਲੀਟ ਹੋਣ ਤੋਂ ਬਾਅਦ ਪੰਜਾਬ ਦੀ ਜਿਹੜੀ ਕਨੈਕਟੀਵਿਟੀ ਆ ਉਹ ਦੂਜੇ ਰਾਜਾਂ ਨਾਲ ਵੀ ਕਾਫੀ ਜ਼ਿਆਦਾ ਸੁਧਰੂਗੀ ਤੇ ਪੰਜਾਬ ਦੇ ਬਿਜ਼ਨਸ 'ਚ ਵੀ ਕਾਫੀ ਜ਼ਿਆਦਾ ਵਾਧਾ ਹੋਊਗਾ ਨੰਬਰ 7 ਤੇ ਆ ਜੀ ਅਮਰਸਰ 에ਅਰਪੋਰਟ ਐਕਸਪੈਂਸ਼ਨ ਜਿਹਨੂੰ ਆਪਾਂ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਦੇ ਨਾਮ ਨਾਲ ਵੀ ਜਾਣਦੇ ਆਂ ਇਹ 에어ਪੋਰਟ ਪੰਜਾਬ ਦਾ ਸਭ ਤੋਂ ਵੱਡਾ ਤੇ ਬਿਜ਼ੀ 에어ਪੋਰਟ ਆ ਤੇ ਦਿੱਲੀ ਤੋਂ ਬਾਅਦ ਨਾਰਥ ਸਾਈਡ ਦਾ ਸਭ ਤੋਂ ਬਿਜ਼ੀ 에어ਪੋਰਟ ਆ ਇਹ 에어ਪੋਰਟ ਹਰ ਇੱਕ ਸਾਲ 25 ਲੱਖ ਪੈਸੇਂਜਰਾਂ ਨੂੰ ਸਰਵਿਸ ਦਿੰਦਾ ਵਾ ਜਿਹੜੀ ਇਹ 25 ਲੱਖ ਵਾਲੀ ਹੁਣ ਕਪੈਸਿਟੀ ਆ ਉਹ ਵਧਾ ਕੇ 55 ਲੱਖ ਦੀ ਕੀਤੀ ਜਾਣੀ ਆ ਤੇ ਇਸ 에어ਪੋਰਟ ਦੀ ਐਕਸਪੈਂਸ਼ਨ ਤੇ ਟੋਟਲ 300 ਕਰੋੜ ਖਰਚਾ ਕੀਤਾ ਜਾਣਾ ਵਾ ਤੇ ਇਸ 300 ਕਰੋੜ ਚੋਂ 240 ਕਰੋੜ ਨਾਲ ਟਰਮੀਨਲ ਐਕਸਟੈਂਡ ਕਰਨੇ ਆ ਟੈਕਸੀ 베 ਦੀ ਕੰਸਟ੍ਰਕਸ਼ਨ ਤੇ ਟਰਮੀਨਲ ਅਪਗ੍ਰੇਡੇਸ਼ਨ ਦਾ ਕੰਮ ਹੋਣਾ ਨੰਬਰ 6 ਤੇ ਆ ਜੀ ਲੁਧਿਆਣਾ ਰੂਪਨਗਰ ਐਕਸਪ੍ਰੈਸਵੇ ਜੋ ਕਿ 4 ਤੋਂ 6 ਲੈਨਾਂ ਦਾ ਅੰਡਰ ਕੰਸਟਰਕਸ਼ਨ ਐਕਸਪ੍ਰੈਸਵੇ ਆ ਜਿਹਨੂੰ NHAI ਦੇ ਦੁਆਰਾ ਕੰਪਲੀਟ ਕੀਤਾ ਜਾਊਗਾ ਤੇ ਇਹਦੀ ਜਿਹੜੀ ਲੰਬਾਈ ਆ ਉਹ 91 ਕਿਲੋਮੀਟਰ ਆ ਜੀਦੇ ਚੋਂ ਇੱਕ ਸੈਕਸ਼ਨ 19.5 ਕਿਲੋਮੀਟਰ ਲੰਬਾ ਵਾ ਜੋ ਕਿ ਪਿੱਪਲ ਮਾਜਰਾ ਤੋਂ ਖੰਨੇ ਤੱਕ ਜਾਂਦਾ ਇਹਨੂੰ ਹਾਈਬ੍ਰਿਡ ਮਾਡਲ ਦੇ ਤਹਿਤ ਤਿਆਰ ਕੀਤਾ ਜਾ ਰਿਹਾ ਤੇ ਇਹਦੀ ਜਿਹੜੀ ਕੋਸਟ ਆ ਉਹ 2792 ਕਰੋੜ ਦੱਸੀ ਜਾ ਰਹੀ ਆ ਤੇ ਆਪਣੇ ਪੰਜਾਬ ਚ ਲੁਧਿਆਣਾ ਰੂਪਨਗਰ ਐਕਸਪ੍ਰੈਸ ਵੇ ਜਿਹੜੇ ਜ਼ਿਲ੍ਹਿਆਂ ਨੂੰ ਜੋੜ ਰਿਹਾ ਵਾ ਉਹਨਾਂ ਚ ਆਉਂਦੇ ਆ ਜੀ ਲੁਧਿਆਣਾ ਰੂਪਨਗਰ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੇ ਜੇ ਇਹਦੇ ਰੂਟ ਦੀ ਗੱਲ ਕਰੀਏ ਤਾਂ ਇਹ ਪਿੰਡ ਮਾਨੇਵਾਲ ਤੋਂ ਸ਼ੁਰੂ ਹੋ ਕੇ ਬਿਹੋਰਾ ਪਿੰਡ ਰੂਪਨਗਰ ਐਨ ਐਚ 205 ਤੇ ਜਾ ਕੇ ਖਤਮ ਹੋਊਗਾ ਨੰਬਰ 5 ਚੰਡੀਗੜ੍ਹ ਮੈਟਰੋ ਚੰਡੀਗੜ੍ਹ ਰੀਜਨ ਦੀ ਸਰਵਿਸ ਲਈ ਇੱਕ ਅਪਰੂਵਡ ਰੈਪਿਡ ਟ੍ਰਾਂਜ਼ਿਟ ਸਿਸਟਮ ਆ ਇਹਦੇ ਚ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਜਿਹੜੇ ਆਸ-ਪਾਸ ਦੇ ਏਰੀਆ ਨੇ ਕਾਫੀ ਉਹ ਸ਼ਾਮਿਲ ਨੇ ਤੇ ਜੇ ਆਪਾਂ ਫੇਸ ਬੰਦ ਹੀ ਗੱਲ ਕਰੀਏ ਤਾਂ ਇਹਦੇ ਚ 3 ਲਾਈਨਸ ਡਿਵੈਲਪ ਹੋਣਗੀਆਂ ਤੇ ਇਹਨਾਂ ਚੋਂ ਜਿਹੜੀ ਪਹਿਲੀ ਲਾਈਨ ਆ ਉਹ ਚੰਡੀਗੜ੍ਹ ਦੇ ਏਰੀਆਸ ਨੂੰ ਕਨੈਕਟ ਕਰੂਗੀ ਤੇ ਦੂਜੀ ਲਾਈਨ ਟ੍ਰਾਈ ਸਿਟੀ ਦੇ ਏਰੀਆ ਨੂੰ ਕਨੈਕਟ ਕਰੂਗੀ ਤੇ ਜਿਹੜੀ ਤੀਜੀ ਲਾਈਨ ਆ ਉਹ ਚੰਡੀਗੜ੍ਹ ਦੇ ਸੈਕਟਰ 26 ਨੂੰ ਸੈਕਟਰ 36 ਨਾਲ ਜੋੜੂਗੀ 2034 ਤੱਕ ਜੇ ਫੇਸ 1 ਦਾ ਕੰਮ ਪੂਰਾ ਹੋ ਜਾਂਦਾ ਤਾਂ ਉਸ ਤੋਂ ਬਾਅਦ ਫੇਸ 2 ਦਾ ਕੰਸਟਰਕਸ਼ਨ ਕੰਮ ਸ਼ੁਰੂ ਹੋਊਗਾ ਤੇ ਜੇ ਤੁਸੀਂ ਫੇਸ 2 ਦੇ ਪ੍ਰੋਪੋਜ਼ਡ ਮੈਟਰ ਉਹਦੀ ਗੱਲ ਕਰੋਂ ਤਾਂ ਇਹਦੀ ਜਿਹੜੀ ਪਹਿਲੀ ਲਹਿਣ ਆ ਏਅਰਪੋਰਟ ਚੌਂਕ ਨੂੰ ਮਾਨਕਪੁਰ ਨਾਲ ਜੋੜੂਗੀ ਤੇ ਦੂਜੀ ਲਹਿਣ ਜੀਰਕਪੁਰ ਨੂੰ ਪਿੰਜੌਰ ਨਾਲ ਕਨੈਕਟ ਕਰੂਗੀ ਮਾਰਚ 2023 ਚ ਇਸ ਪ੍ਰੋਜੈਕਟ ਨੂੰ ਅਪਰੂਵਲ ਮਿਲਿਆ ਸੀ ਤੇ ਪੰਜਾਬ ਤੇ ਹਰਿਆਣਾ ਗਵਰਨਮੈਂਟ ਵੱਲੋਂ ਵੀ ਇਹਨੂੰ ਮਨਜ਼ੂਰੀ ਮਿਲ ਗਈ ਸੀ ਇਹਨੂੰ ਬਣਾਉਣ ਦੀ ਤੇ ਇਹਦੀ ਜਿਹੜੀ ਟੋਟਲ ਕੋਸਟ ਆਉਣੀ ਆ ਉਹ 10570 ਕਰੋੜ ਦੱਸੀ ਜਾਂਦੀ ਹੈ ਨੰਬਰ 4 ਤੇ ਆ ਜੀ ਲੁਧਿਆਣਾ ਅਜਮੇਰ ਐਕਸਪ੍ਰੈਸਵੇ ਜਿਹਨੂੰ ਪਹਿਲਾਂ ਪਠਾਨਕੋਟ ਐਕਸਪ੍ਰੈਸਵੇ ਦਾ ਨਾਮ ਦਿੱਤਾ ਗਿਆ ਸੀ ਲੁਧਿਆਣਾ ਅਜਮੇਰ ਕੋਰੀਡੋਰ ਚ ਦੋ ਐਕਸਪ੍ਰੈਸਵੇ ਸ਼ਾਮਿਲ ਆ ਜਿਨ੍ਹਾਂ ਚੋਂ ਇੱਕ ਤਾਂ ਆ ਜੀ ਲੁਧਿਆਣਾ ਬਠਿੰਡਾ ਐਕਸਪ੍ਰੈਸਵੇ ਤੇ ਇੱਕ ਹੈਗਾ ਜੀ ਬਠਿੰਡਾ ਅਜਮੇਰ ਐਕਸਪ੍ਰੈਸਵੇ ਤੇ ਇਹ ਦੋਨੋਂ ਐਕਸਪ੍ਰੈਸਵੇ ਐਨ ਐਚ اے ਆਈ ਦੇ ਦੁਆਰਾ ਬਣਾਏ ਜਾਣਗੇ ਤੇ ਇਹ ਦੋਨੇ ਦੇ ਦੋਨੇ 6 ਲੇਨ ਫੁਲੀ ਐਕਸੈਸ ਕੰਟਰੋਲਡ ਐਕਸਪ੍ਰੈਸਵੇ ਹੋਣਗੇ ਤੇ ਇਹ ਐਕਸਪ੍ਰੈਸਵੇ ਪਠਾਨਕੋਟ ਨੂੰ ਲੁਧਿਆਣੇ ਦੇ ਵਿੱਚੋਂ ਦੀ ਹੁੰਦਾ ਹੋਇਆ ਬਠਿੰਡੇ ਤੇ ਅਜਮੇਨ ਨਾਲ ਜੋੜੂਗਾ ਤੇ ਇਹਦੇ ਬਾਣ ਨਾਲ ਕਾਂਡਲਾ ਪੋਰਟ ਤੱਕ ਜਿਹੜੀ ਮਾਲ ਦੀ ਆਵਾਜਾਈ ਆ ਉਹ ਕਾਫੀ ਸੌਖੀ ਹੋ ਜੂਗੀ ਤੇ ਜੇ ਲਾਗਤ ਦੀ ਗੱਲ ਕਰੀਏ ਤਾਂ ਇਹ ਜਿਹੜੇ ਐਕਸਪ੍ਰੈਸਵੇ ਨੇ ਇਹ ਦੋ ਹਿੱਸਿਆਂ 'ਚ ਵੰਡੇ ਗਏ ਆ ਇੱਕ ਪਹਿਲਾ ਤਾਂ ਹੋ ਗਿਆ ਲੁਧਿਆਣਾ ਬਠਿੰਡਾ ਐਕਸਪ੍ਰੈਸਵੇ ਜੋ ਕਿ 75.5 ਇੱਕ ਅਪਰੂਵਡ ਗ੍ਰੀਨਫੀਲਡ ਐਕਸਪ੍ਰੈਸਵੇ ਆ ਤੇ ਇਹਨੂੰ 17116 ਕਰੋੜ ਦੀ ਲਾਗਤ ਨਾਲ ਪੂਰਾ ਕੀਤਾ ਜਾ ਰਿਹਾ ਤੇ ਇਹ ਐਕਸਪ੍ਰੈਸਵੇ ਦਿੱਲੀ ਕਟਰਾ ਐਕਸਪ੍ਰੈਸਵੇ ਆ ਜਿਹੜਾ ਉਤੋਂ ਲੁਧਿਆਣਾ ਦੇ 10 ਕਿਲੋਮੀਟਰ ਦੂਰ ਬੱਲੋਵਾਲਪਿੰਡ ਤੋਂ ਸ਼ੁਰੂ ਹੋਣਾ ਵਾ ਤੇ ਜਿਹੜਾ ਅਮਰਸਰ ਜਾਮਨਗਰ ਵਾਲਾ ਐਕਸਪ੍ਰੈਸ ਵੇ ਆ ਉਹਦਾ ਜਿਹੜਾ ਅਮਰਸਰ ਤੋਂ ਬਠਿੰਡੇ ਵਾਲਾ ਸੈਕਸ਼ਨ ਆ ਉਥੇ ਜਾ ਕੇ ਐਂਡ ਹੋਊਗਾ ਇਹ ਐਕਸਪ੍ਰੈਸ ਵੇ NHAI ਦੁਆਰਾ 2018 ਚ ਅਪਰੂਵ ਕੀਤਾ ਗਿਆ ਸੀ ਤੇ ਇਹਦੇ ਬਣ ਨਾਲ ਬਠਿੰਡੇ ਤੋਂ ਅਜਮੇਰ ਦੀ ਜਿਹੜੀ ਦੂਰੀ ਆ ਉਹ 120 ਕਿਲੋਮੀਟਰ ਤੱਕ ਘਟ ਜਾਣੀ ਆ ਨੰਬਰ 3 ਤੇ ਆ ਜੀ ਛਾਪੌਰ ਕੰਡੀ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਇਹ ਪ੍ਰੋਜੈਕਟ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ 'ਚ ਸ਼ਾਹਪੁਰ ਕੰਢੀ ਡਾਊਨਸਟ੍ਰੀਮ ਰਾਵੀ ਦਰਿਆ ਤੇ ਮੌਜੂਦ ਆ ਤੇ ਇਸ ਪ੍ਰੋਜੈਕਟ ਦੇ ਕੰਪਲੀਟ ਹੋਣ ਤੋਂ ਬਾਅਦ ਪੰਜਾਬ 'ਚ 5000 ਹੈਕਟੇਅਰ ਲੈਂਡ ਤੇ ਜੰਮੂ ਕਸ਼ਮੀਰ 'ਚ 32177 ਹੈਕਟੇਅਰ ਲੈਂਡ ਨੂੰ ਇਰੀਗੇਸ਼ਨ ਫੈਸਿਲਿਟੀ ਪ੍ਰੋਵਾਈਡ ਕਰੂਗਾ ਤੇ ਪੰਜਾਬ ਉੱਪਰ ਬਾੜੀ ਦੁਆਬ 1.18 ਲੱਖ ਹੈਕਟੇਅਰ ਜ਼ਮੀਨ ਨੂੰ ਕਵਰ ਕਰਦੀ ਆ ਤੇ ਇਹਦੇ ਨਾਲ ਇਰੀਗੇਸ਼ਨ ਫੈਸਿਲਿਟੀਆਂ ਸਮੂਥਲੀ ਚੱਲਣਗੀਆਂ ਨੰਬਰ 2 ਤੇ ਆ ਜੀ ਅਮਰਸਰ ਜਾਮਨਗਰ ਐਕਸਪ੍ਰੈਸਵੇ ਜਿਹਨੂੰ ਕਿ ਅਮਰਸਰ-ਜਾਮਨਗਰ ਇਕਨੋਮਿਕ ਕੋਰੀਡੋਰ ਵੀ ਕਹਿੰਦੇ ਆ ਇਹ ਭਾਰਤਮਾਲਾ ਪ੍ਰੋਜੈਕਟ ਦੇ ਅੰਡਰ ਆਉਂਦਾ ਵਾ ਤੇ ਇਹ ਪਹਿਲਾ ਪ੍ਰੋਜੈਕਟ ਆ ਜਿਹੜਾ ਕਿ ਭਾਰਤ ਦੀਆਂ ਤਿੰਨ ਰਿਫਾਇਨਰੀਜ਼ ਬਠਿੰਡਾ, ਬਾੜਮੇਰ ਤੇ ਜਾਮਨਗਰ ਨੂੰ ਕਨੈਕਟ ਕਰੂਗਾ। ਇਹਦੇ ਤੇ ਤਕਰੀਬਨ 80 ਹਜ਼ਾਰ ਕਰੋੜ ਰੁਪਏ ਲਗਾਏ ਜਾਣੇ ਆ ਤੇ ਇਹ ਕਾਫੀ ਤੇਜ਼ੀ ਨਾਲ ਬਣ ਵੀ ਰਿਹਾ। ਇਹਦੇ ਬਣ ਤੋਂ ਬਾਅਦ ਪੰਜਾਬ, ਹਰਿਆਣਾ, ਰਾਜਸਥਾਨ ਤੇ ਗੁਜਰਾਤ ਨੂੰ ਕਾਫੀ ਜ਼ਿਆਦਾ ਫਾਇਦਾ ਹੋਊਗਾ ਤੇ ਪੰਜਾਬ 'ਚ ਪੰਜਾਬ ਦੇ ਟਿੱਬਾ ਪੈਂਡ ਤੋਂ ਸ਼ੁਰੂ ਹੋ ਕੇ ਪੰਜਾਬ-ਹਰਿਆਣਾ ਬਾਰਡਰ ਤੇ ਜਾ ਕੇ ਖਤਮ ਹੋਊਗਾ। ਨੰਬਰ 1 ਹੈ ਜੀ ਈਸਟਰਨ ਡੈਡੀਕੇਟਿਡ ਫਰੇਟ ਕੋਰੀਡੋਰ ਜਿਹਨੂੰ ਕੇ ਈਡੀਐਫਸੀ ਵੀ ਕਹਿੰਦੇ ਆ ਤੇ ਈਡੀਐਫਸੀ ਪੰਜਾਬ ਦੇ ਲੁਧਿਆਣੇ ਤੋਂ ਸ਼ੁਰੂ ਹੋ ਕੇ ਬੰਗਾਲ ਦੇ ਦਾਨਕੁਨੀ ਤੱਕ ਜਾਂਦਾ ਵਾ ਤੇ ਇਸ ਟਾਈਮੇ ਲੁਧਿਆਣੇ ਤੋਂ ਸੋਨਨਗਰ ਤੱਕ ਕੰਪਲੀਟ ਵੀ ਹੋ ਚੁੱਕਿਆ ਤੇ ਦਾਨਕੁਨੀ ਤੱਕ ਇਹਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਕੰਪਲੀਟ ਕੀਤਾ ਜਾ ਰਿਹਾ ਜਾਨੀ ਕਿ ਇਹ ਹੁਣ ਲੁਧਿਆਣੇ ਤੋਂ ਸੋਨਨਗਰ ਤੱਕ 1337 ਕਿਲੋਮੀਟਰ ਕੰਪਲੀਟ ਹੋ ਚੁੱਕਿਆ ਸੋਨਨਗਰ ਤੋਂ ਦਾਨਕੁਨੀ ਵਾਲਾ ਸੈਕਸ਼ਨ ਹਜੇ ਕੰਪਲੀਟ ਹੋਣਾ ਵਾ एनोफरेट कॉर्पोरेशन ऑफ इंडिया ਦੁਆਰਾ ਬਣਾਇਆ ਜਾ ਰਿਹਾ ਤੇ ਇਨ੍ਹਾਂ ਵੱਲੋਂ ਹੋਰ ਵੀ ਇਦਾਂ ਦੇ ਕਾਫੀ ਪ੍ਰੋਜੈਕਟ ਬਣਾਏ ਜਾ ਰਹੇ ਆ ਤੇ ਇਹਦੇ ਬਣਨ ਤੋਂ ਬਾਅਦ 70% ਤੱਕ ਦਾ ਰੇਲਵੇ ਟ੍ਰੈਫਿਕ ਘਟ ਜਾਣਾ ਕਿਉਂਕਿ ਕਾਫੀ ਸਾਰੀਆਂ ਮਾਲ ਗੱਡੀਆਂ ਇਹਦੇ ਤੇ ਚੱਲਣਗੀਆਂ ਤਾਂ ਹਾਂਜੀ ਇਹੀ ਸੀਗੇ ਪੰਜਾਬ ਦੇ 10 ਅਪਕਮਿੰਗ ਪ੍ਰੋਜੈਕਟ ਜਿਨ੍ਹਾਂ ਨਾਲ ਪੰਜਾਬ ਦੀ ਟੋਟਲ ਜਿਹੜੀ ਤਸਵੀਰ ਆ ਉਹ ਬਦਲ ਜਾਣੀ ਆ ਤੇ ਜੇ ਤੁਹਾਨੂੰ ਆਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਕਰ ਦਿਓ ਤੇ ਕਮੈਂਟਾਂ 'ਚ ਆਪਣੇ ਵਿਚਾਰ ਜਰੂਰ ਦੱਸਿਓ ਵੀ ਇਹ ਵਧੀਆ ਹੋ ਰਿਹਾ ਜਾਂ ਘਟੀਆਂ ਹੋ ਰਿਹਾ ਕੀ ਲੱਗਦਾ ਤੁਹਾਨੂੰ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਆਪਣੇ ਪੇਜ ਚੈਨਲ ਨੀਕ ਪੰਜਾਬੀ ਸਟੇਟ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ